ਦੋਸਤੋ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਜੋ ਕਿ ਪੰਜਾਬੀ ਇੰਡਸਟਰੀ ਉੱਪਰ ਫਿਲਹਾਲ ਦੇ ਟਾਈਮ ਰਾਜ ਕਰ ਰਿਹਾ ਹੈ ਅਤੇ ਦੂਜੇ ਪਾਸੇ ਹਨੀ ਸਿੰਘ ਜਿਸ ਨੇ ਕਿ ਪੰਜਾਬੀ ਇੰਡਸਟਰੀ ਦਾ ਕਿਸੇ ਟਾਈਮ ਟ੍ਰੈਂਡ ਹੀ ਚੇਂਜ ਕਰ ਦਿੱਤਾ ਸੀ ਉਹ ਵੀ ਸਿੱਧੂ ਮੂਸੇਵਾਲੇ ਦਾ ਫੈਨ ਹੈ। ਦੋਸਤੋ ਹਨੀ ਸਿੰਘ ਦਾ ਹਾਲ ਹੀ ਮੋਸਕੋ ਸੁੱਕਾ ਗਾਣਾ ਰਿਲੀਜ਼ ਹੋਇਆ ਅਤੇ ਜੋ ਕਿ ਸਿਰਫ ਇੰਡੀਆ ਵਿੱਚ ਹੀ ਨਹੀਂ ਬਲਕਿ ਵਰਲਡ ਵਾਈਡ ਚਾਰਟ ਅਨੁਸਾਰ ਟ੍ਰੈਂਡਿੰਗ ਨੰਬਰ 1 ਤੇ ਚੱਲ ਰਿਹਾ ਹੈ ਅਤੇ ਇਸ ਗਾਣੇ ਉੱਪਰ ਪਿਛਲੇ 48 ਘੰਟੇ ਵਿੱਚ ਕਿਸੇ ਵੀ ਹੋਰ ਵੀਡੀਓ ਦੇ ਮੁਕਾਬਲੇ ਸਭ ਤੋਂ ਵੱਧ ਵਿਊਜ਼ ਆਏ ਹਨ ਅਤੇ ਇਹ ਜਾਣਕਾਰੀ ਹਨੀ ਸਿੰਘ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ। ਦੋਸਤੋ ਇਸ ਗਾਣੇ ਦੇ ਪਹਿਲੇ 20 ਘੰਟਿਆਂ ਵਿੱਚ ਹੀ 10 ਮਿਲੀਅਨ ਤੋਂ ਵੱਧ ਵਿਊਜ਼ ਆ ਗਏ ਸਨ ਅਤੇ ਇਹ ਗਾਣਾ ਇੰਡੀਆ, ਇਟਲੀ, ਸਾਈਪ੍ਰਸ ਤੇ ਹੋਰ ਵੀ ਕਈ 5-6 ਕੰਟਰੀਆਂ ਵਿੱਚ ਟ੍ਰੈਂਡਿੰਗ ਨੰਬਰ 1 ਤੇ ਚੱਲ ਰਿਹਾ ਹੈ। ਦੋਸਤੋ ਸਿੱਧੂ ਮੂਸੇਵਾਲਾ ਜਿਸ ਨੇ ਕਿ ਹਨੀ ਸਿੰਘ ਦੇ ਵਾਂਗ ਹੀ ਪੰਜਾਬੀ ਇੰਡਸਟਰੀ ਦਾ ਟ੍ਰੈਂਡ ਚੇਂਜ ਕੀਤਾ ਹੈ ਅਤੇ ਫਿਲਹਾਲ ਦੇ ਟਾਈਮ ਪੰਜਾਬੀ ਇੰਡਸਟਰੀ ਉੱਪਰ ਰਾਜ ਕਰ ਰਿਹਾ ਹੈ, ਉਸ ਨੇ ਵੀ ਹਨੀ ਸਿੰਘ ਦੇ ਇਸ ਗਾਣੇ ਨੂੰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕਰਦੇ ਹੋਏ ਲਿਖਿਆ ਐਂਡ ਗੱਲਬਾਤ। ਦੋਸਤੋ ਇਸ ਤੋਂ ਪਹਿਲਾਂ ਵੀ ਹਨੀ ਸਿੰਘ ਲਾਈਵ ਹੋ ਕੇ ਕਹਿ ਚੁੱਕਾ ਹੈ ਕਿ ਉਹ ਵੀ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦਾ ਹੈ ਅਤੇ ਸਿੱਧੂ ਮੂਸੇਵਾਲੇ ਦਾ ਜਸਟ ਲਿਸਨ ਗਾਣਾ ਉਸ ਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਹੈ। ਦੋਸਤੋ ਸਿੱਧੂ ਮੂਸੇਵਾਲਾ ਜਿਵੇਂ ਪੰਜਾਬੀ ਇੰਡਸਟਰੀ ਦਾ ਕਿੰਗ ਹੈ ਉਸੇ ਤਰ੍ਹਾਂ ਹੀ ਹਨੀ ਸਿੰਘ ਨੂੰ ਉਸ ਦੇ ਫੈਨ ਇੰਡੀਆ ਦਾ ਰੈਪਰ ਕਿੰਗ ਮੰਨਦੇ ਹਨ। ਦੋਸਤੋ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲਾ ਜਾਂ ਹਨੀ ਸਿੰਘ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।